ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ ਔਰ ਮੈਂ ਬੜੀ ਖੁਸ਼ੀ ਨਾਲ ਕਹੂੰਗੀ ਕਿ ਬਾਬਾ ਸਾਹਿਬ ਨੇ ਹੀ ਸਾਨੂੰ ਜੀਣਾ ਸਿਖਾਇਆ, ਬਾਬਾ ਸਾਹਿਬ ਨੇ ਸੰਵਿਧਾਨ ਦੀ ਰਚਨਾ ਕਰਕੇ ਸਾਨੂੰ ਸਾਡੇ ਹੱਕਾਂ ਦੇ ਵਿਰੁੱਧ ਲੜਨਾ ਸਿਖਾਇਆ ਅਤੇ ਸਾਨੂੰ ਸਾਡੇ ਹੱਕਾਂ ਬਾਰੇ ਦੱਸਿਆ, ਤਾਂ ਬਾਬਾ ਸਾਹਿਬ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਨਮਨ ਕਰਦੀ ਹਾਂ ਔਰ ਸਾਰੇ ਸਮਾਜ ਨੂੰ ਵੀ ਬਹੁਤ ਬਹੁਤ ਵਧਾਈਆਂ ਦਿੰਦੀ ਹਾਂ ਔਰ ਸਾਡੇ ਪ੍ਰਧਾਨ ਹੰਸ ਰਾਜ ਜੀ ਨੂੰ ਵੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੀ ਹਾਂ ਕਿ ਅੱਜ ਸਾਨੂੰ ਇੱਥੇ ਬੁਲਾਇਆ ਅਤੇ ਸਾਰੇ ਸਮਾਜ ਨੂੰ ਮਿਲਣ ਦਾ ਮੌਕਾ ਮਿਲਿਆ। ਕੁਛ ਮੰਗਾਂ ਹੰਸ ਰਾਜ ਜੀ ਨੇ ਦਿੱਤੀਆਂ ਨੇ ਉਹ ਅਸੀਂ ਜ਼ਰੂਰ ਪੂਰੀਆਂ ਕਰਾਂਗੇ ਔਰ ਮੈਂ ਇਹ ਕਹੂੰਗੀ ਕਿ ਬਾਬਾ ਸਾਹਿਬ ਦਾ ਨਿਸ਼ਾਨੀ ਲੈ ਕੇ, ਅਸੀਂ ਝਾੜੂ ਦੀ ਨਿਸ਼ਾਨੀ ਲੈ ਕੇ, ਬਾਬਾ ਸਾਹਿਬ ਦਾ ਆਸ਼ੀਰਵਾਦ ਲੈ ਕੇ ਹੀ ਪਾਰਟੀ ਬਣਾਈ ਸੀ ਔਰ ਇਹ ਪਾਰਟੀ ਬਾਬਾ ਸਾਹਿਬ ਦੇ ਸੰਵਿਧਾਨ ਦੇ ਅਨੁਸਾਰ ਹੀ ਚੱਲਦੀ ਹੈ ਔਰ ਅੱਗੇ ਚੱਲਦੀ ਰਹੂਗੀ। ਸਾਡਾ ਇੱਕੋ ਹੀ ਮਕਸਦ ਹੈ, ਸਮਾਜ ਦਾ ਭਲਾ ਕਰਨਾ ਅਤੇ ਉਹ ਅਸੀਂ ਕਰਦੇ। ਮੈਡਮ ਇੱਕ ਲਾਇਬ੍ਰੇਰੀ ਬਾਰੇ ਵੀ ਤੁਸੀਂ ਕੁਛ ਅਨਾਉਂਸ ਕੀਤਾ ਉਸ ਬਾਰੇ? ਬਹੁਤ ਜਲਦੀ ਇੱਥੇ ਰਾਜਪੁਰਾ ਵਿੱਚ ਬਾਬਾ ਸਾਹਿਬ ਦੇ ਨਾਮ 'ਤੇ ਬਾਬਾ ਅੰਬੇਦਕਰ ਲਾਇਬ੍ਰੇਰੀ ਬਣ ਰਹੀ ਹੈ ਜਿਹਦੇ ਵਿੱਚ ਸਾਡੇ ਬੱਚੇ, ਜਿਹੜੇ ਬੱਚੇ ਬਾਹਰ ਨਹੀਂ ਜਾ ਸਕਦੇ, ਕੋਈ IAS IPS ਦੀ ਤਿਆਰੀ ਕਰਨੀ ਹੈ, ਉੱਦਾਂ ਦੀ ਵੀ ਸਾਰੀ ਫੈਸਿਲਿਟੀ ਇੱਥੇ ਦਿੱਤੀ ਜਾਊਗੀ ਔਰ ਇੱਕ ਬਨਵਾੜੀ ਵਿੱਚ ਵੀ ਇੱਕ ਵੱਡਾ ਕਮਿਊਨਿਟੀ ਸੈਂਟਰ ਬਣ ਰਿਹਾ ਕਿਉਂਕਿ ਇੱਥੋਂ ਦੇ ਲੋਕਾਂ ਦੀ ਬੜੀ ਡਿਮਾਂਡ ਸੀ ਕਿ ਜੇ ਅਸੀਂ ਕੋਈ ਫੰਕਸ਼ਨ ਕਰਨੇ ਹੈ, ਕਾਫੀ ਲੋਕ ਜਿਹੜੇ ਪੈਲਸ ਨਹੀਂ ਬੁੱਕ ਕਰਵਾ ਸਕਦੇ, ਵਧੀਆ AC ਕਮਿਊਨਿਟੀ ਸੈਂਟਰ ਹਾਲ ਬਣੂਗਾ ਤਕਰੀਬਨ 2 ਕਰੋੜ ਰੁਪਏ ਦੀ ਲਾਗਤ ਨਾਲ, ਉਹ ਵੀ ਅਸੀਂ ਕਮੇਟੀ 'ਚੋਂ ਮਨਜ਼ੂਰ ਕਰਵਾ ਚੁੱਕੇ। ਸਾਡਾ ਪੂਰੇ ਸਮਾਜ ਦਾ ਜ਼ਿਲ੍ਹੇ ਪੱਧਰ ਤੋਂ ਅਸੀਂ ਰੱਖਿਆ ਸੀਗਾ ਡਾਕਟਰ ਅੰਬੇਦਕਰ ਬਾਲਮਿਕ ਨੌਜਵਾਨ ਸਭਾ ਵੱਲੋਂ, ਜਿਹੜਾ ਅੱਜ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ। ਸਾਡੇ ਨੀਨਾ ਮਿੱਤਲ ਜੀ ਦੇ ਵਿੱਚ 2-3 ਸਾਲਾਂ ਤੋਂ ਪਹੁੰਚ ਰਹੇ ਹਾਂ, ਸਾਡਾ ਸਤਿਕਾਰ ਕਰ ਰਹੇ ਹਾਂ, ਸਾਡੇ ਸਮਾਜ ਦਾ ਸਤਿਕਾਰ ਕਰ ਰਹੇ ਹਾਂ, ਅਸੀਂ ਇਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਹਾਂ। ਅੱਜ ਬਾਬਾ ਸਾਹਿਬ ਦਾ ਦਿਨ ਆ, ਸਾਰੇ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਮੈਂ ਲੱਖ ਲੱਖ ਮੁਬਾਰਕਾਂ ਦਿਆਂਗਾ ਤਾਂ ਕਿ ਜਿਹੜਾ ਇਹ ਦਿਨ ਆ ਸਾਰੇ ਖੁਸ਼ੀਆਂ ਨਾਲ ਮਨਾਵੇ ਔਰ ਨਸ਼ਿਆਂ ਤੋਂ ਦੂਰ ਰਹੇ। ਜਿਵੇਂ ਕਿ MLA ਸਾਹਿਬ ਨੇ ਦੱਸਿਆ ਸਾਨੂੰ, 2 ਦਿਨ ਸਾਡੀਆਂ ਰਾਜਪੁਰੇ ਵਿੱਚ ਐਸੀਆਂ ਚੀਜ਼ਾਂ ਲਾਇਬ੍ਰੇਰੀ ਜਿਹੜੀ ਬਾਬਾ ਸਾਹਿਬ ਦੇ ਨਾਮ 'ਤੇ ਬਣ ਚਲੀ, ਬਹੁਤ ਬੜੀ ਦੇਣ ਹੋਏਗੀ ਸਾਨੂੰ ਆਮ ਆਦਮੀ ਪਾਰਟੀ ਦੀ, ਤਾਂ ਕਿ ਜਿਵੇਂ ਕਿ ਉਰੇ ਬੋਲਵੀ ਭਵਨ ਬਣਿਆ ਹੋਇਆ ਉਹਦੀ ਇੱਕ ਯਾਦ ਹੈ ਸਾਨੂੰ, ਇਹ ਵੀ ਇੱਕ ਸਮਾਜ ਨੂੰ ਇੱਕ ਇਹਨਾਂ ਦੀ ਦੇਣ ਹੋਏਗੀ ਆਮ ਆਦਮੀ ਪਾਰਟੀ ਦੀ, ਜਿਹੜਾ ਬਾਬਾ ਸਾਹਿਬ ਦੀ ਨਾਮ 'ਤੇ ਲਾਇਬ੍ਰੇਰੀ ਖੋਲ੍ਹ ਰਹੇ ਹਾਂ। ਅਸੀਂ ਬਹੁਤ ਬਹੁਤ ਧੰਨਵਾਦ।